ਜਲੰਧਰ ਦੇ ਲਤੀਪੁਰਾ ਵਿੱਚ ਮਾਨਵ ਅਧਿਕਾਰ ਸੰਗਠਨ ਦੀ ਪੰਜਾਬ ਪ੍ਰਧਾਨ ਜਸਵਿੰਦਰ ਕੌਰ ਸੋਹਲ ਆਪਣੀ ਟੀਮ ਦੇ ਨਾਲ ਪਹੁੰਚੀ। ਨਜਾਇਜ਼ ਕਬਜ਼ਾ ਕਰ ਲਤੀਪੁਰਾ ਵਿੱਚ ਇੰਪਰੂਵਮੈਂਟ ਟਰੱਸਟ ਵੱਲੋਂ ਤੋੜ ਕੇ ਘਰਾਂ ਦੀ ਹਾਲਤ ਦੇਖ ਜਸਵਿੰਦਰ ਕੌਰ ਸੋਹਲ ਨੇ ਸੜਕਾਂ ਤੇ ਟੈਂਟ ਬਣਾ ਕੇ ਰਹਿ ਰਹੇ ਲੋਕਾਂ ਦਾ ਹਾਲ ਚਾਲ ਜਾਣਿਆ। ਉੱਥੇ ਹੀ ਪੰਜਾਬ ਪ੍ਰਧਾਨ ਜਸਵਿੰਦਰ ਕੌਰ ਸੋਹਲ ਨੇ ਕਈ ਸਾਲਾਂ ਤੋਂ ਲਤੀਪੁਰਾ ਵਿੱਚ ਆਪਣੇ ਘਰ ਬਣਾ ਕੇ ਰਹਿ ਰਹੇ ਲੋਕਾਂ ਦੇ ਘਰਾਂ ਨੂੰ ਤੋੜ ਕੇ ਬੇਘਰ ਕਰਨਾ ਪੰਜਾਬ ਸਰਕਾਰ ਅਤੇ ਇੰਪਰੂਵਮੈਂਟ ਟਰੱਸਟ ਦਾ ਕਰਨਾ ਬੇਹੱਦ ਹੀ ਸ਼ਰਮਨਾਕ ਗੱਲ ਹੈ। ਜੇਕਰ ਇੰਪਰੂਵਮੈਂਟ ਟਰੱਸਟ ਨੇ ਜ਼ਮੀਨ ਦਾ ਕਬਜ਼ਾ ਲੈਣਾ ਹੀ ਸੀ ਤਾਂ ਲੋਕਾਂ ਨੂੰ ਪਹਿਲਾਂ ਘਰ ਮੁਹੱਈਆ ਕਰਵਾਉਣੇ ਚਾਹੀਦੇ ਸਨ। ਜਸਵਿੰਦਰ ਕੌਰ ਸੋਹਲ ਨੇ ਕਿਹਾ ਕਿ ਹਾਈ ਕੋਰਟ ਅਤੇ ਸੁਪਰੀਮ ਕੋਰਟ ਦੇ ਫੈਸਲੇ ਨੂੰ ਉਹ ਨਹੀਂ ਮੰਨਦੇ ਅਤੇ ਇਸ ਦੇ ਖਿਲਾਫ ਪਟੀਸ਼ਨ ਦਾਇਰ ਕਰਨਗੇ। ਔਰਤਾਂ ਦੇ ਨਾਲ ਦੁਰਵਿਵਹਾਰ ਕਰਨ ਵਾਲੇ ਪੁਲਿਸ ਅਧਿਕਾਰੀ ਦੇ ਖਿਲਾਫ ਵੀ ਭਾਜਪਾ ਨੂੰ ਸ਼ਿਕਾਇਤ ਦਰਜ ਕਰਵਾ ਕੇ ਉਹਨਾਂ ਪੁਲਿਸ ਅਧਿਕਾਰੀਆਂ ਨੂੰ ਮੁਅੱਤਲ ਕਰਨ ਦੀ ਗੱਲ ਕਰਨਗੇ। ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਵੀ ਇਸ ਬਾਰੇ ਗੱਲ ਕੀਤੀ ਜਾਵੇਗੀ ਅਤੇ ਲੋਕਾਂ ਨੂੰ ਇਨਸਾਫ਼ ਦਵਾਇਆ ਜਾਵੇਗਾ। ਅੱਜ ਇੱਥੇ ਆਏ ਹੋ, ਆ ਕੇ ਲੋਕਾਂ ਨਾਲ ਮਿਲੇ ਹੋ, ਕੀ ਵੇਖਿਆ ਤੁਸੀਂ ਇੱਥੇ ਆ ਕੇ ਕਿ ਇਹਨਾਂ ਨਾਲ ਸਹੀ ਹੋਇਆ ਕਿ ਗਲਤ ਹੋਇਆ? ਜੀ, ਇੱਥੇ ਬਹੁਤ ਵੱਡੀ ਹਿਊਮਨ ਰਾਈਟ ਵਾਇਲੇਸ਼ਨ ਹੋਈ ਹੈ। ਅਸੀਂ ਹੁਣੇ ਮੈਂ ਮਿਲੀ ਹਾਂ, ਕੁਛ ਲੇਡੀਜ਼ ਨਾਲ ਵੀ ਗੱਲਬਾਤ ਹੋਈ ਜੋ ਕਿ ਰੋ ਰਹੇ ਨੇ ਕਿਉਂਕਿ ਉਹਨਾਂ ਦੇ ਬੱਚੇ ਸਕੂਲ ਜਾਣ ਤੋਂ ਮਤਲਬ ਉਹਨਾਂ ਦਾ ਸਕੂਲਿੰਗ ਖਤਮ ਹੋ ਗਈ, ਬੱਚੇ ਉਜੜ ਗਏ, ਘਰ ਉਜੜ ਗਏ ਕਿਉਂਕਿ ਪੂਰੀ ਉਮਰ ਇੱਕ ਲੇਡੀਜ਼ ਹੁੰਦੀ ਹੈ, ਛੋਟੀ ਛੋਟੀ ਆਪਣੀ ਪੂੰਜੀ ਇਕੱਠੀ ਕਰਕੇ ਇੱਕ ਘਰ ਬਣਾਉਂਦੀ ਹੈ, ਇੱਕ ਆਸ਼ਿਆਨਾ ਖੜਾ ਕਰਦੇ ਨੇ ਅਤੇ ਅੱਜ ਆ ਤੁਸੀਂ ਮੰਜ਼ਰ ਦੇਖੋ ਕਿ ਪੱਕੇ ਘਰ ਜਿਹੜੇ ਉਜਾੜ ਦਿੱਤੇ ਗਏ। ਇਹ ਵੀ ਨਹੀਂ ਹੈ ਕਿ ਕੋਈ ਕੱਚੇ ਨੇ ਜਾਂ ਤੁਸੀਂ ਐਵੇਂ ਟੀਨਾਂ ਪਈਆਂ ਕਿ ਟੁੱਟ ਗਈਆਂ ਨੇ। ਅਤੇ ਮੈਨੂੰ ਇਹ ਲੱਗਦਾ ਕਿ ਇਹਨਾਂ ਨੂੰ ਜ਼ਰਾ ਜੀ ਵੀ ਇੱਕ ਸ਼ਰਮ ਨਹੀਂ ਆਈ ਜਾਂ ਇਨਸਾਨੀਅਤ ਦੇ ਬਾਰੇ ਇੱਕ ਵਾਰੀ ਇਹਨਾਂ ਨੂੰ ਚੇਤਾ ਨਹੀਂ ਆਇਆ ਕਿ ਜਦ ਤੁਸੀਂ 3 ਦਿਨ ਬਾਅਦ ਡੇਟ ਹੈ ਉਸ ਤੋਂ ਪਹਿਲਾਂ ਹੀ ਤੁਸੀਂ ਜਿਹੜਾ JCB ਚਲਾਉਂਦੇ ਹੋ ਇੱਥੇ ਅਤੇ ਇੱਡੀ ਗੁੰਡਾਗਰਦੀ ਦਾ ਜਿਹੜਾ ਨਾਚ ਹੋਇਆ ਇਹ ਤਾਂ ਇਨਸਾਨੀਅਤ ਦੀ ਵੀ ਘਾਣ ਔਰ ਮਨੁੱਖੀ ਅਧਿਕਾਰਾਂ ਦੀ ਵੀ ਘਾਣ ਹੈ। ਔਰ ਮੈਨੂੰ ਦੇਖ ਕੇ ਔਰ ਮੈਨੂੰ ਸ਼ਰਮ ਮਹਿਸੂਸ ਹੋ ਰਹੀ ਹੈ ਕਿ ਅਸੀਂ ਕਿੱਦਾਂ ਦੇ ਜਿਹੜੇ ਸਿਸਟਮ ਵਿੱਚ ਰਹਿ ਰਹੇ ਹਾਂ ਜਿੱਥੇ ਸਿਸਟਮ ਨਾਮ ਦੀ ਕੋਈ ਚੀਜ਼ ਹੀ ਨਹੀਂ ਹੈ। ਸੰਵਿਧਾਨ ਵੀ ਇਹਨਾਂ ਦੀ ਮਰਜ਼ੀ ਦੇ ਨਾਲ ਹੀ ਚੱਲਦੇ ਨੇ, ਲੋਕਤੰਤਰ ਦਾ ਕੋਈ ਨਾਮ ਨਹੀਂ ਹੈ। ਕਹਿਣ ਨੂੰ ਅਸੀਂ ਆਜ਼ਾਦ ਦੇਸ਼ 'ਚ ਹਾਂ ਬਟ ਮੈਨੂੰ ਲੱਗਦਾ ਕਿ ਅਸੀਂ ਆਜ਼ਾਦ ਨਹੀਂ ਹੈ। ਜੋ ਅੱਜ ਦੀ ਇੱਥੇ ਸਥਿਤੀ ਬਣੀ ਹੋਈ ਹੈ, ਅੱਜ ਹਰ ਇਨਸਾਨ ਆਪਣੇ ਹੱਕਾਂ ਦੇ ਲਈ ਫਾਈਟ ਕਰ ਰਿਹਾ, ਚਾਹੇ ਆਪਾਂ ਕਿਸਾਨਾਂ ਦੀ ਗੱਲ ਕਰ ਲਈਏ, ਅੱਜ ਲਤੀਫਪੁਰੇ ਦੇ ਜੋ ਸਿਸਟਮ ਹੈ ਇੱਥੇ ਵੀ ਦੇਖੋ ਆ ਮਤਲਬ ਇਨਸਾਨ। ਮੈਨੂੰ ਇਹ ਲੱਗਦਾ ਕਿ ਭਗਵੰਤ ਮਾਨ ਜੀ ਨੂੰ ਇੱਕ ਦਿਨ ਲਿਆ ਕੇ ਇੱਥੇ ਨਾ ਇਹ ਟੈਂਟ 'ਚ ਬਿਠਾਉਣਾ ਚਾਹੀਦਾ ਕਿਉਂਕਿ ਉਹ ਆਮ ਆਦਮੀ ਸੀ ਨਾ, ਆਮ ਆਦਮੀ ਦੇ ਏਜੰਡੇ ਨਾਲ ਆਏ ਸੀ। ਅੱਜ ਇੱਥੇ ਆ ਕੇ ਇਹਨਾਂ ਨਾਲ ਇੱਕ ਰਾਤ ਕੱਟ ਕੇ ਦਿਖਾਉਣ ਕਿ ਕਿਸ ਤਰੀਕੇ ਨਾਲ ਇਹ ਲੋਕ ਬੈਠੇ ਨੇ, ਮਤਲਬ ਕੋਈ ਇਨਸਾਨੀਅਤ ਕੋਈ ਸ਼ਰਮ ਕਿਤੇ ਬਾਕੀ ਨਹੀਂ ਹੈ ਇਹਨਾਂ ਲੋਕਾਂ ਦੇ ਵਿੱਚ। ਹਰ ਚੀਜ਼ ਇੱਕ ਪੈਸਾ ਨਹੀਂ ਹੁੰਦੀ, ਹਰ ਚੀਜ਼ ਇੱਕ ਰਾਜਨੀਤੀ ਨਹੀਂ ਹੁੰਦੀ, ਉੱਤੋਂ ਉੱਪਰ ਉੱਠ ਕੇ ਵੀ ਬਹੁਤ ਕੁਝ ਹੁੰਦਾ। ਜਦ ਇੱਕ ਇਨਸਾਨ ਜਿਹੜੇ 1947 ਤੋਂ ਆ ਕੇ ਇੱਥੇ ਬੈਠੇ ਜਿਨ੍ਹਾਂ ਦੀਆਂ ਮਲਕੀਤਾਂ ਇੱਥੇ ਨੇ, ਮਾਲਿਕ ਨੇ, ਉਹਨਾਂ ਤੋਂ ਅੱਗੇ ਗਾਂ ਸੇਲ ਡੀਡਸ ਨੇ ਲੋਕਾਂ ਕੋਲ, ਆਧਾਰ ਕਾਰਡ ਨੇ, ਪਾਸਪੋਰਟ ਨੇ, ਤੁਹਾਡੇ ਕੋਲ ਈਵਨ ਇੱਥੇ ਰਹਿਣ ਦੇ ਹਰ ਪਰੂਫ ਹੈ ਕਿ ਤੁਸੀਂ ਹੱਕ ਹੈ ਤੁਹਾਨੂੰ ਇੱਥੇ ਰਹਿਣ ਦਾ। ਅਤੇ ਅੱਜ ਅਚਾਨਕ ਉੱਠ ਕੇ 4 ਲੋਕ ਇੱਥੇ ਆਉਂਦੇ ਨੇ ਅਤੇ JCB ਚਲਾ ਕੇ ਇਹਨਾਂ ਦੇ ਬਣੇ ਬਣਾਏ ਘਰ ਉਜਾੜ ਜਾਂਦੇ ਆ, ਅਤੇ ਇਹ ਕਿੱਥੋਂ ਦੀ ਹੋਈ? ਮੈਂ ਤਾਂ ਇਹ ਮਾਨਯੋਗ ਸੁਪਰੀਮ ਕੋਰਟ ਦੇ ਇਸ ਆਰਡਰ ਨੂੰ ਵੀ ਡਿਨੇ ਕਰਦੀ ਹਾਂ ਕਿਉਂਕਿ ਇਹ ਤਾਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ। ਅਸੀਂ ਇਹਨਾਂ ਦੀ ਨਾ ਜਾਨ ਮਾਲ, ਅਸੀਂ ਇਹਨਾਂ ਦੀ ਰਾਖੀ ਕਰਦੇ, ਇਹਨਾਂ ਦੇ ਹਿਊਮਨ ਰਾਈਟਸ ਦੀ ਜੋ ਇਹਨਾਂ ਦੇ ਹੱਕ ਨੇ। ਇੱਕ ਨਾ ਇਹਨਾਂ ਦੇ ਪਹਿਲਾਂ ਤਾਂ ਘਰ ਤੋੜ ਦਿੱਤੇ ਗਏ 9 ਵਜੇ ਸਵੇਰੇ ਤੜਕ ਸਾਹ, ਠੀਕ ਹੈ। ਦੂਸਰਾ ਇਹਨਾਂ ਦੀ ਹਮਾਇਤ ਵਿੱਚ ਉਤਰੇ ਜਗਤਾਰ ਸਿੰਘ ਸੰਘੇੜਾ ਜਿਹੜੇ ਇੰਪਰੂਵਮੈਂਟ ਐਕਟ ਦੇ ਚੇਅਰਮੈਨ ਹੈਗੇ, ਉਹ ਪ੍ਰੈਸ ਕਾਨਫਰੰਸ ਕਰਦੇ ਨੇ ਚੰਡੀਗੜ੍ਹ ਤੇ ਕਹਿੰਦੇ ਨੇ ਵੀ ਤੁਹਾਨੂੰ 2-2 ਮਰਲੇ ਦੇ ਫਲੈਟ ਦਿੱਤੇ ਜਾਣਗੇ। ਬੀਬੀ ਭਾਨੀ ਦੇ ਜਿਹੜੇ ਬਣੇ ਹੋਏ ਆ, ਪਰ ਉਹ ਵੀ 25 ਸਾਲ ਇਸ ਵੇਲੇ ਉਹਨਾਂ ਦੀ ਵੀ ਦਸ਼ਾ ਦੇਖੀ ਜਾਵੇ ਤਾਂ ਵੱਧ ਤੋਂ ਬਦਤਰ ਹਾਲਾਤ ਹੈਗੇ ਉਹਨਾਂ ਦੇ ਵੀ। ਇਹਨੂੰ ਕਿੱਦਾਂ ਦੇਖਦੇ ਹੋ? ਦੇਖੋ ਜੀ, ਕਿਉਂ ਦਿੱਤੇ ਜਾਣਗੇ ਇਹਨਾਂ ਨੂੰ ਫਲੈਟ? ਇਹ ਤਾਂ ਇੱਥੋਂ 35-35 ਸਾਲ 40-40 ਸਾਲ ਤੋਂ ਰਹਿ ਰਹੇ ਨੇ, ਇਹ ਇੱਥੋਂ ਕਿਉਂ ਜਾਣ? ਪਹਿਲੀ ਗੱਲ ਤਾਂ ਹੈ ਕਿ ਅਗਰ ਸਰਕਾਰ ਇੰਨੀ ਅਵੇਅਰ ਸੀ, ਜਦੋਂ ਇਹਨਾਂ ਸਰਕਾਰਾਂ ਨੂੰ ਇੰਨੇ ਸਾਲਾਂ ਤੋਂ ਪਤਾ ਹੈ, ਇਹਨਾਂ ਦੇ ਕਈਆਂ ਦੇ ਕੋਰਟ ਕੇਸ ਵੀ ਚੱਲ ਰਹੇ ਨੇ ਜੋ ਮੇਰੇ ਸੁਣਨ 'ਚ ਆਇਆ, ਜਦੋਂ ਤੁਹਾਨੂੰ ਪਤਾ ਤੁਸੀਂ ਪਹਿਲੇ ਕਿਉਂ ਨਹੀਂ ਸਟੇਅ ਲਿਆ ਸੁਪਰੀਮ ਕੋਰਟ ਤੋਂ, ਪਹਿਲੇ ਕਿਉਂ ਨਹੀਂ ਇਹਨਾਂ ਲਈ ਸ਼ੈਲਟਰ ਅਰੇਂਜ ਕੀਤੇ ਗਏ? ਜੇਕਰ ਤੁਹਾਨੂੰ ਲੱਗਦਾ ਟਰੱਸਟ ਦੇ ਅੰਡਰ ਆਉਂਦੀ ਸੀ ਜ਼ਮੀਨ, ਤੁਸੀਂ ਇਹ ਜਿਹੜੀ ਕਾਰਵਾਈ ਕਰਨੀ ਸੀ ਤਾਂ ਪਹਿਲੇ ਸਟੇਅ ਲੈਣਾ ਚਾਹੀਦਾ ਸੀ। ਤੁਸੀਂ ਇਹਨਾਂ ਲਈ ਪਹਿਲੇ ਘਰ ਤਿਆਰ ਕਰਕੇ ਦਿੰਦੇ, ਇਹ ਤਾਂ ਨਹੀਂ ਉਹਨਾਂ ਦਾ ਆਸ਼ਿਆਨਾ ਉਜਾੜ ਕੇ ਉਹਨਾਂ ਨੂੰ ਤੁਸੀਂ ਟੈਂਟਾਂ 'ਚ ਬਿਠਾ ਕੇ ਹੁਣ ਤੁਸੀਂ ਮੇਰੀ ਵੀ ਗੱਲਬਾਤ ਹੋਈ ਤਾਂ ਮੈਨੂੰ ਕਹਿੰਦੇ ਜੀ ਇਹਨਾਂ ਨੂੰ 10-15 ਦਿਨ ਹੋਰ ਸਫ਼ਰ ਕਰਨਾ ਪਏਗਾ। ਉਹ ਕਿਉਂ ਸਫ਼ਰ ਕਰਨ? ਤੁਸੀਂ ਆ ਜਾਓ ਨਾਲ, ਬੈਠੋ ਇਹਨਾਂ ਦੇ ਟੈਂਟਾਂ ਦੇ ਵਿੱਚ, ਭਗਵੰਤ ਮਾਨ ਸਾਹਿਬ ਸਭ ਤੋਂ ਪਹਿਲੇ ਆ ਪਾਉਣ। ਆਮ ਆਦਮੀ ਨੇ ਜਾ ਰਹੇ ਸੀਗੇ ਉਸ ਦਿਨ, ਸਾਡੀ ਇੰਪਰੂਵਮੈਂਟ ਟਰੱਸਟ ਦੇ ਅਫਸਰ ਨਾਲ ਵੀ ਗੱਲ ਹੋਈ ਸੀ, ਉਹ ਕਹਿ ਰਹੇ ਕਿ ਇਹ ਲੋਕ ਜਿਹੜੇ ਕੋਰਟ ਤੋਂ ਕੇਸ ਹਾਰ ਚੁੱਕੇ ਨੇ, ਠੀਕ ਹੈ ਜੀ। ਲੇਕਿਨ ਜਦੋਂ ਸਾਡੀ ਲਤੀਪੁਰਾ ਦੇ ਇੱਕ ਨਿਵਾਸੀ ਨਾਲ ਗੱਲ ਹੋਈ, ਉਹਨਾਂ ਨੇ ਸਾਨੂੰ ਪੇਪਰ ਦਿਖਾਏ, ਕਹਿ ਰਹੇ ਕਿ 16 ਕਨਾਲ ਜਿਹੜੀ ਜ਼ਮੀਨ ਸੀਗੀ ਉੱਥੇ ਇੰਪਰੂਵਮੈਂਟ ਟਰੱਸਟ ਦਾ ਜਿਹੜਾ ਕਬਜ਼ਾ ਸੀਗਾ, ਲੇਕਿਨ ਜਿਹੜੇ 10 ਕਨਾਲ ਹੋਰ ਜਿਹੜੇ ਮੱਲੇ ਸੀਗੇ ਉਹ ਤੋੜ ਦਿੱਤੇ ਗਏ, ਉਹਨੂੰ ਕਿਵੇਂ ਦੇਖਦੇ? ਦੇਖੋ ਜੀ, 2006 ਦੇ ਵਿੱਚ ਜੋ ਮੈਨੂੰ ਵੀ ਸੁਣਨ ਨੂੰ ਇੱਥੋਂ ਮਿਲਿਆ ਕਿ ਪਟਵਾਰੀ ਸੁਖਪਾਲ ਸਿੰਘ ਸੀ, ਉਹਨਾਂ ਨੇ ਜਦ ਇਹ ਚੀਜ਼ ਕਲੀਅਰ ਹੋ ਚੁੱਕੀ ਸੀ ਕਿ ਇੰਪਰੂਵਮੈਂਟ ਟਰੱਸਟ ਦੇ ਅੰਡਰ ਇਹ ਜ਼ਮੀਨ ਨਹੀਂ ਆਉਂਦੀ, ਉਸ ਤੋਂ ਬਾਅਦ ਮੈਂ ਤੁਹਾਨੂੰ ਉਹੀ ਕਹਿ ਰਹੀ, ਬਹੁਤ ਵੱਡੇ ਸਕੈਂਡਲਸ, ਬਹੁਤ ਜ਼ਿਆਦਾ ਰਲੇ ਹੋਏ ਲੋਕ ਨੇ ਜਿਹੜਾ ਕਿ ਅਗਰ CBI ਕੋਲ ਜਾਂਚ ਹੁੰਦੀ ਹੈ ਤਾਂ ਲੈਂਡ ਮਾਫੀਆ ਬੇ
क्योंकि जिस समय इस जमीन का कोई भाव नहीं हैगा सी उस वक्त किसी नूं चेता नहीं आया, अज जद इन्हां नूं लग रहा कि जमीन के भाव वध गए ने ते अज इन्हां दे घर उजाड़ दिते गए ने ते इन्हां दे हकां दी राखी करदिआं होइआं असीं डट के इन्हां दे नाल आ, असीं इवन कि सुप्रीम कोर्ट नूं वी इस चीज़ नूं डिने करदे आ उन्हां दे इस ऑर्डर नूं और असीं इन्हां दे नाल खड़े हाँ जद भी इन्हां नूं साडी जरूरत है। मैं तां इत्थे सब तों पहले खड़ी होवांगी। उन्हां ने कहा सानूं कोई नहीं, अफसर साहिबान कह रहे हैं कि असी इन्हों पहला नोटिस दे चुके थे कि असी घर तोड़ने हैं। पता ये भी लगा कि 12 तरीक नूं डेट सी कोर्ट दी, 9 तरीक नूं जिहड़ा घर तोड़ दिते जांदे। देखो जी, इन्हों वालों जिहड़े लतीफपुरा निवासियों वालों बहुत बारी डीसी कोले, बहुत बारी एसडीएम कोले और इन्हों दे आम आदमी पार्टी के जिहड़े रेवन्यू मंत्री ने उन्हां कोले भी जाके निशानदेही की गल की गई है, लेकिन अज तक निशानदेही नहीं की गई। रीज़न देन इंप्रूवमेंट ट्रस्ट इत्थे सानू कॉपी दे कि निशानदेही कित्थे की गई, इन्हां दे घर क्यों उजाड़े गए ने। यह तो शरेआम गुंडागर्दी है ना, शरेआम तुसी गुंडागर्दी कर रहे हो, आम लोगों के नाल कांड कर रहे हो, तुसी उन्हां दे अधिकारां दा बहुत वड्डा, तुसी अपनी मर्जी नाल किसी का घर उजाड़ देंदे हो तो फिर ठीक है, तो आम लोग भी जाके तुहाडे घरां दे उत्ते बुलडोजर चला देंदे ने, घर अपने भी उजाड़ लो, बैठ जाओ टेंटां च। अधिकार वल्लों हुण इहनां लई की उपराला कीता जाएगा, की तुसी इस कोर्ट दे चैलेंज नूं करूंगे चैलेंज? बिल्कुल जी, असी कोर्ट दे चैलेंज इस ऑर्डर नूं चैलेंज करते हैं। जिवें मैं पहले भी कहा, मैं कोर्ट दे ऑर्डर नूं डिनाई करती हाँ क्योंकि मनुखी अधिकार यह कहिंदे ने कि किसी के जिहड़े अधिकार ने, मान ने, उन्हां दी जान है, उस चीज़ का राखी करनी। इत्थे एक बीबी रजिंदर कौर, एक चरणजीत कौर, दो लेडीज़ ने अपने उत्ते मिट्टी का तेल भी पाया अपने घर की रक्षा करने लिए, तो कि शर्मनाक तस्वीर है। तुम मैं यह दसो कि इन्ना मजबूर किसी औरत नूं होना पै जाए कि वह अपने उत्ते मिट्टी का तेल पा के सड़न की भी कोशिश कर रहे, तो जेकर इतने किसी जान नूं नुकसान होंदा तो उदा कौन जिम्मेवार है। एक पंजाब पुलिस के अफसर वालों भी भद्दी शब्दावली वरती गई सी जदों एक परिवार को बाहर कढ़न नूं समान की गल आखी जा रही थी, लेकिन उत्थे महिलावां भी सी और उस वक्त इस तरह की शब्दावली वरतना, इसनों की में दे के तुसी इस बारे जिहड़े डीजीपी ने पंजाब उन्हां नाल गल करूंगे? बिल्कुल जी, असी डीजीपी नाल भी गल करांगे क्योंकि मैनू लगता कि प्रशासन ठीक है अपना काम करे जो उन्हां दी कार्रवाई करनी बनती है, लेकिन अगर उत्थे कुछ औरतां खड़ियां होईयां सी जो मैं भी वीडियो देखा उस समय इन्नी कु उन्हां दी एब्यूजिव लैंग्वेज सी जो कि सुनी नहीं जा सकती। मैनू लगता उत्थे लोगों ने पता नहीं किवें उस चीज़ नूं बेयर किया होएगा जो उन्हां दी लैंग्वेज सुनी सी, और डीजीपी नूं चाहिदा है कि इदां दे ऑफिसर नूं उसे वक्त सस्पेंड किया जाए और इस चीज़ कार्रवाई की मांग मैं ह्यूमन राइट वालों भी करांगी और नोटिस दिता जाएगा इन्हां नूं।